ਕਰ ਲੈਣ ਰੂੜੇਗੇ ਤੇ ਜਸਵਾਲ ਸੂਦਾ ਇਸ ਰਾਊਂਡ ਤੋਂ ਬਾਅਦ ਜਿਹੜੇ ਮੈਚ ਹੋਣੇ ਨੇ ਕਬੱਡੀ 75 ਕਿਲੋ ਦਾ ਪਹਿਲਾ ਸੈਮੀ ਫਾਈਨਲ ਮੈਚ ਖੇਡਿਆ ਜਾਣਾ ਝਨੇਰ ਵਰਸਜ ਭੂਲਣ ਹਰਿਆਣਾ ਲਓ ਰਾਏਕੋੜੀਆ ਹਰਵਿੰਦਰ ਸਿੰਘ ਮੇਰੇ ਵੀਰੋ ਕਰਦਾ ਹੋਇਆ ਟਰਾਈ ਕਹਿੰਦੇ ਗੱਲ ਲੱਕਣ ਦੀ ਤੇ ਨੰਬਰ ਵੇਖੋ ਕਹਿੰਦੇ ਜੋਧਾਂ ਵਾਲਾ ਇਹ ਗੋਗੀ ਨੌਜਵਾਨ ਕਹਿੰਦੇ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਤਰਨੀ ਜੋਧਾਂ ਵਾਲੇ ਦਾ ਕਹਿੰਦੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਸ ਵੀਰ ਦੇ ਸੱਦੇ ਦੇ ਉੱਤੇ ਅੱਜ ਕਹਿੰਦੇ ਕਾਲਵਾਂ ਦਾ ਗੁਰਵਿੰਦਰ ਸਿੰਘ ਕਹਿੰਦੇ ਪੁੱਜਿਆ ਧਲੇਰ ਦੀ ਟੀਮ ਵੱਲੋਂ ਖੇਡਣ ਦੇ ਲਈ ਵਿਸ਼ੇਸ਼ ਤੌਰ ਤੇ ਕਹਿੰਦੇ ਧੰਨਵਾਦ ਹੈ ਸਾਡੇ ਵੀਰ ਤਰਨੀ ਜੋਧਾਂ ਵਾਲੇ ਦਾ ਉੱਥੇ ਹੀ ਗੁਰੀ ਧਲੇਰ ਵਾਲਾ ਇਸੇ ਪਿੰਡ ਦਾ ਨਾਮ ਕਹਿੰਦੇ ਉਹ ਨੌਜਵਾਨ ਨੇ ਨਿਊਜ਼ੀਲੈਂਡ ਦੇ ਖੇਡਾਂ ਗਰਾਊਂਡਾਂ ਵਿੱਚ ਕਹਿੰਦੇ ਮਸ਼ਹੂਰ ਕੀਤਾ ਇੱਕ ਇਸੇ ਪਿੰਡ ਦਾ ਨੌਜਵਾਨ ਹੈ ਕਹਿੰਦੇ ਕਰਮਾ ਕਰਮੇ ਨੇ ਆਪਣੀ ਬਾਂਹ ਦੇ ਉੱਤੇ ਕਹਿੰਦੇ ਗੁਰੀ ਦੇ ਨਾਂ ਦਾ ਟੈਟੂ ਖਣਵਾਇਆ ਇਹ ਯਾਰੀਆਂ ਹੁੰਦੀਆਂ ਨੇ ਕਿ ਯਾਰਾਂ ਨਾਲ ਬਹਾਰਾਂ ਯਾਰ ਅਣਮੁੱਲੇ ਨੇ ਕਿ ਲੁੱਟ ਦੇ ਮੌਜ ਬਹਾਰਾਂ ਖਰਚੇ ਖੁੱਲੇ ਨੇ ਲੁੱਟ ਦੇ ਮੌਜ ਬਹਾਰਾਂ ਖਰਚੇ ਖੁੱਲੇ ਨੇ ਯਾਰੀ ਨਿਭਾਈ ਹੈ ਕਹਿੰਦੇ ਇਸੇ ਪਿੰਡ ਦੇ ਕਰਮੇ ਨੇ ਗੁਰੀ ਧਲੇਰ ਵਾਲ ਦਾ ਨਾਮ ਕਹਿੰਦੇ ਆਪਣੀ ਬਾਂਹ ਦੇ ਉੱਤੇ ਜਿਹੜਾ ਖਦਵਾਇਆ ਇੱਧਰ ਸਾਡੇ ਭੋਲਾ ਜੀ ਹੈ ਬੌੜਾਈ ਵਾਲੇ ਇਸ ਏਰੀਏ ਵਿੱਚ ਜਦੋਂ ਵੀ ਪੁੱਜੀਦਾ ਕਹਿੰਦੇ ਬੜਾ ਮਾਣ ਬਖਸ਼ਦੇ ਹੈ ਲਓ ਮੈਦਾਨ ਵਿੱਚ ਵੇਖੋ ਕਹਿੰਦੇ ਤੇਜੀ ਲੋਹਗੜ ਵਾਲਾ ਪੁਆਇੰਟ ਲੈ ਕੇ ਕਹਿੰਦੇ ਜਾਂਦਾ ਤੇਜੀ ਲੋਹਗੜ ਵਾਲਾ ਤੇ ਲੋਹਗੜ ਦੀ ਟੀਮ ਇਸੇ ਮੁਕਾਬਲੇ ਦੀ ਜੇਤੂ ਟੀਮ ਹੈ ਜੀ ਸਾਡੇ ਬਾਈ ਸੁਖਵੰਤ ਹੋਣੀ ਤੇ ਨਾਲ ਡਾਕਟਰ ਸਾਹਿਬ ਨੇ ਜਿਹੜੇ ਸਿਕੰਦਰ ਵੀਰ ਹੋਣੀ ਇਹ ਨੋਟ ਕਰ ਲੈਣ ਬਾਈ ਕਹਿੰਦੇ ਉਹਨੇ ਕਿ ਲੋਹਗੜ ਦੀ ਟੀਮ ਜਿਹੜੀ ਜੇਤੂ ਟੀਮ ਇਸੇ ਮੈਚ ਦੀ ਹਾਂਜੀ ਗੋਪੀ ਜੀ ਹੈਲੋ ਰਵੀ ਜਿਸ ਨੌਜਵਾਨ ਨੇ ਪਹਿਲਾਂ ਧਾਵੀ ਨੇ ਪਹਿਲਾਂ ਡੇਢ ਪੁਆਇੰਟ ਲਿਆ ਸੀ ਉਹ ਸਰੀਰ ਦਾ 200 ਰੁਪਈਏ ਜਿਹੜਾ ਸਾਡੇ ਕੋਲ ਹੈ ਸਾਡੇ ਕੋਲ ਪ੍ਰਾਪਤ ਕਰ ਲਵੇ ਰਵੀ ਜਿਹੜੇ ਵੀਰ ਨੇ ਧਾਵੀ ਨੇ ਪਹਿਲਾਂ ਪੁਆਇੰਟ ਲਿਆ ਸੀ ਉਹ ਆਪਣੇ ਜਿਹੜੇ ਪੈਸੇ ਲੈ ਲਵੇ ਇੱਧਰ ਬਾਈ ਜੋਤ ਹੋਣੀ ਨਾਲ ਹੀ ਕਰਮਿੰਦਰ ਸਿੰਘ ਜੀ ਚੈਪਟਰ ਨਾਲ ਹੀ ਦਵਿੰਦਰ ਸਿੰਘ ਜੀ ਮਲੇਸ਼ੀਆ ਧਰਮ ਸਿੰਘ ਜੀ ਗੋਪਾ ਰਾਏ ਸਾਹਿਬ ਉਹਨਾਂ ਵੀਰਾਂ ਵੱਲੋਂ ਜਿਹੜੇ 200 ਰੁਪਈਏ ਦੇ ਮਾਨ ਸਨਮਾਨ ਦਿੱਤੇ ਗਏ ਨੇ ਧਾਵੀ ਦੇ ਲਈ ਉਹ ਵੀਰ ਜਿਹੜਾ ਪੈਸੇ ਲੈ ਲਵੇ ਹਾਂਜੀ ਇਸ ਮੈਚ ਤੋਂ ਬਾਅਦ ਜਿਹੜੇ ਦੋ ਸੈਮੀਫਾਈਨਲ ਹੋਣੇ 75 ਕਿਲੋ ਦੇ ਝਨੇਰ ਵਾਰਸੀ ਭੂਲਣ ਹਰਿਆਣਾ ਰੂੜੇਗੇ ਵਾਰਸੀ ਜਸਵਾਲ ਸੂਦਾ ਹੈਲੋ ਇਸ ਮੈਚ ਤੋਂ ਫੌਰਨ ਬਾਅਦ ਜਿਹੜੀਆਂ 75 ਕਿਲੋ ਦੀਆਂ ਟੀਮਾਂ ਆ ਜਾਣ ਝਨੇਰ ਵਰਸਜ ਭੁੱਲਣ ਹਰਿਆਣਾ ਇਹ ਪਹਿਲਾ ਸੈਮੀਫਾਈਨਲ ਮੈਚ ਹੈ ਮੇਰੀ ਬੇਨਤੀ ਹੈ ਦੋਨੋਂ ਟੀਮਾਂ ਜਿਹੜੀਆਂ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ ਉਧਰ ਕੈਨੇਡਾ ਤੋਂ ਸਰਦਾਰ ਹਰਚੰਦ ਸਿੰਘ ਜੀ ਬਾਗੜੀ ਫਰਵਾਹੀ ਵਾਲੇ ਉਹ ਵੀ ਲਾਈਵ ਜੁੜੇ ਹੋਏ ਨੇ ਕਬੱਡੀ 365.com ਦੇ ਜ਼ਰੀਏ ਨਾਲ ਹੀ ਯਾਦਵਿੰਦਰ ਸਿੰਘ ਸਾਡਾ ਵੀਰ ਉਹ ਵੀ ਸਾਊਥ ਹਾਲ ਵਿੱਚੋਂ ਜੁੜਿਆ ਹੋਇਆ ਹੈ ਜੱਸਾ ਰਾਏ ਜੀ ਨਾਲ ਹੀ ਦੀਪਕ ਰਾਏ ਜੀ ਉਹ ਵੀ ਵੀਰ ਕਬੱਡੀ 365.com ਦੇ ਜ਼ਰੀਏ ਜੁੜੇ ਹੋਏ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਲੈ ਵੀ ਦਿਲ ਵਰਸਿਆ ਦੀਦੇ ਲੱਗਿਆ ਨਾ ਠੰਡ ਸਾਰੀ ਲਾਤੀ ਉਹਦੀ ਮੁਕਾਬਲਾ ਸ਼ੁਰੂ ਕਰਵਾ ਦਈਏ ਜਲਵਾਣਾ ਵਰਸਜ ਸੇਖਾ ਜਲਵਾਣਾ ਵਰਸਜ ਸੇਖੇ ਦਾ ਇਹ ਮੁਕਾਬਲਾ ਇਸ ਵੇਲੇ ਜਿਹੜਾ ਮੇਰੇ ਵੀਰੋ ਸ਼ੁਰੂ ਹੋਣ ਜਾ ਰਹੇ ਹੈ ਲੈ ਵੀ ਗੋਪੀ ਕੇਲੋਂ ਵਾਲੇ ਆ ਝਨੇਰ ਵਰਸਜ ਭੂਲਣ ਹਰਿਆਣਾ ਓਕੇ ਝਨੇਰ ਵਰਸਜ ਭੂਲਣ ਹਰਿਆਣੇ ਦਾ ਕਹਿੰਦੇ ਪਹਿਲਾ ਸੈਮੀਫਾਈਨਲ ਮੈਚ ਖੇਡਿਆ ਜਾਣਾ ਕਬੱਡੀ 75 ਕਿਲੋ ਦਾ ਮੰਡੀ ਵਾਲੇ ਪਾਸੇ ਇਹ ਟੀਮ ਜਿਹੜੀ ਪੁੱਜ ਚੁੱਕੀ ਹੈ ਕਹਿੰਦੇ ਪਿੰਡ ਜਲਵਾਣੇ ਦੀ ਤੇ ਪਿੰਡ ਵਾਲੇ ਪਾਸੇ ਟੀਮ ਜਿਹੜੀ ਖੇਡ ਰਹੀ ਹੈ ਮੇਰੇ ਵੀਰੋ ਸੇਖੇ ਪਿੰਡ ਦੀ ਇਹ ਬਜਨੀ ਕਬੱਡੀ ਖੇਡੀ ਕਹਿੰਦੇ ਨਾ ਨੌਜਵਾਨ ਨੇ ਅੱਜ ਕੱਲ੍ਹ ਓਪਨ ਦੇ ਵਿੱਚ ਕਹਿੰਦੀ ਸ਼ੁਰੂਆਤ ਜਿਹੜੀ ਕੀਤੀ ਹੈ ਲਓ ਆਹ ਨੌਜਵਾਨ ਕਹਿੰਦੇ ਜੋਨੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਲਓ ਜੋਨੀ ਨੌਜਵਾਨ ਕਹਿੰਦੇ ਇਸ ਵੇਲੇ ਸੇਖੇ ਪਿੰਡ ਵਾਲਾ ਹੈ ਪਹਿਲਾਂ ਡੇਢ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ
दविंदर सिंह जी मलेशिया वाले जिन्हों वालों कहते बड़े मान सम्मान इन्होंने जड़े वो मेरे व्यू हर एक डेढ़ पॉइंट दिते जाएंगे। लो मैदान देखिए जलवाने पिंड की टीम के वलों ये नौजवान कहते मान के नाने जाने जाता भोला बौड़ा जी कहते पूरे खुश ने उधर वेखो कहने जफा लगता हो सेखे वाला एक गभरू कहते जफा लग के पॉइंट जरा अपनी टीम के हिस्से जोड़ता हो ली केलों वाले है कबड्डी ओपन के किड़े मैच ने आ गए वह भी आप जल्दी के नाल जो दस दईए ओके दो सैमीफाइनल मैचों तो बाद जिहड़ियां थर्ड राउंड दी टाइयां पैणगियां जी झनेर वर्सिस भूलण हरियाणा रूड़ेके वर्सिस जसोवाल सूदा ये दो सैमीफाइनल मैच ने उस तो बाद जिहड़ा थर्ड राउंड दी टाइयां पैणगियां। हाँ जी बब्बू वीर कह रही झनेर वर्सिस भूलण हरियाणा पहला सैमीफाइनल मैच है तो इधर वेखो कहते नौजवान ने पूरा स्वाद ही कर दिता है इस वेले कहते बड़े तकड़े जफे विचों निकल के आया। लो अगली कबड्डी पाउण दे लई कहिंदे जस्से दे नां दे नाल जाणा जांदा भोला जी बौड़ाई वाले एक सौ दे माण इस नौजवान लई पूजे करदे आ भोला जी ये माया आप ही जिहड़ी पूजी कर दो वड्डे माण ने बौड़ाई वाले भोले वल्लों। लो खेड ग्राउंड विच वेखो कहिंदे गुट फड़िया ढोडियां वाले कहिंदे सोनी दी तरह कदे बलराज सिंह बाजी ने कहिंदे गुट तों फड़ के जफे लाए है ते नंबर वेखो कहिंदे धावी अपनी टीम दे हिस्से जोड़दा होया। 21 तरीक है कहिंदे लांगड़ियां पिंड अमरगढ़ दा एरिया है जिथे दुनिया भर के कहते स्टार खेडणगे सिर्फ 16 टीम जिहड़ियां सदे पत्ते वालियां सदे पत्तर वालियां कहिंदे एंटर जिहड़ियां कीतियां जाणगियां। लो इधर खेड मैदान दे विच आपां वेखीए ये नौजवान धावी कहिंदे मेरे वीरो सेखे वाला कहिंदे पॉइंट लैके जांदा होया ये माया जिहड़ी आप ही प्लेयरां तक पुजदी कर दिओ जी बहुत बहुत बधाई है साडे वीर गुरचरण सिंह जी प्रधान साहब उहनां नूं ते भाई सिप्पी उहनां नूं हरमीत हुणी उधर यारां दे नाल बैठे है कहिंदा वी ढंडोली पिंड विच वी कबड्डी दे मैच करवाए जाणगे ते आप सब नूं खुल्लम खुल्ले सद्दे है क्योंकि हरमीत दी यारी कहिंदे कदे खन्ने एरिए विच पुलदा ते कदे कहिंदे लुधियाणे एरिए विच यारां दा यार है भाई जस्सी हुणी उत्थे सुखवंत हुणी कनेडा विच बैठे है सत्ती बैठा कहिंदे इंग्लैंड दे विच ते नाल साडा वीर तोता तलेरी है जदों भी राड़ा साहब कहिंदे कप आउंदा तां तोते तलेर वाले वल्लों कहिंदे विशेष तौर ते वड्डे मान सम्मान जिहड़े दित्ते जांदे है। लो खेड ग्राउंड विच वेखो एक पासे कहिंदे नौजवान जोनी है जोनी कहिंदे बजनी कौडी खेड़ा ते ओ वेखो कहिंदे जोनी नौजवान जोनी कहिंदे इस वेले पॉइंट लैके जांदा होया लै वी जस्सिया पा भी अगली कबड्डी गभरू आ जस्सा पाउंदा कबड्डी ते गोपी केलों गल करू मतोई वाला गोरी ओ आ के अपने साथियों नूं स्टेज ते ला के आ के मिल लवे मतोई वाला गोरी बच्चा है वो अपने नाल दियां नूं आ के ना स्टेज दे सामने आ के मिल लवे। हाँ जी गुरी मतोई वाला अपने साथियों दे नाल आ के संपर्क कर लवे इधर वेखो कहिंदे लगदा जफा मेरे वीरो कि जाफियां दे जफे करी जांदे ने कमाल खुशी लोक ने मनाउंदे पवे जिवें गिद्दे ते कमाल कि एक वार जिहड़ा फड़े फिर मुड़ नहीं छड़दा कौडी खेड है पंजाबियों की मां ताइयो तां वेखो जोर लगदा कौडी खेड है पंजाबियों की मां ताइयो तां वेखो जोर लगदा। इसे मैच दे विचों लै वी केलों वाले आ भाई सुखवंत उहनां नूं नोट करा दे वी सेखे की टीम है जिहड़ी वह विनर टीम रही है इसे मुकाबले की कबड्डी 75 किलो दीआं टीमां झनेर की टीम आ वेखदा वी ग्राउंड वल नूं आ रही है ते नाल भूलण हरियाणा यह भी टीम जिहड़ी जल्दी ग्राउंड विच पुज जावे भूलण हरियाणे की ये 75 किलो का पहला सैमीफाइनल मैच जिहड़ा खेडा जाणा बेनती है एक पिंड ओपन दी जेतू टीम का एक एक प्लेयर जिहड़ा स्टेज दे लागे आ जावे थर्ड राउंड दी जिहड़ी टाइयां पाउण जा रहे ने सारियां टीमां दा एक एक प्लेयर जिहड़ा एंट्री काउंटर ते आ जावे टाइयां पा रहे ने वीर नाल ही उधर शगनदीप हुणी पिंदर धालीवाल हुणी मंदेवी वाले साडे दरम्यान पुज्जे होए ने उन्हां वीरां दा धन्नवाद है पिंदर धालीवाल हुणी नाल ही शगनदीप हुणी पल्ले धालीवाल हुणी उह वी वीर पुज्जे ने विशेष तौर ते धन्नवाद है। सेखे वाले वीर ने जिहने पहला डेढ़ पॉइंट लिया सी उह एक सौ रुपया लै लवे सेखे वाले जिहड़े प्लेयर ने पहला डेढ़ पॉइंट लिया सी पहला मैच सैमीफाइनल है 75 किलो दा भूलण हरियाणा ते झनेर पिंड टी शर्ट बाहर उतार जो जी कबड्डी 75 किलो का यह पहला सैमीफाइनल मुकाबला जिहड़ा इस वेले शुरू होण लगा
ਲਵੀ ਜਸੀ 8:15 ਵੱਜ ਗਏ ਨੇ ਤੇ ਇਹ ਪਹਿਲਾ ਸੈਮੀਫਾਈਨਲ ਮੈਚ ਹੈ ਕਬੱਡੀ 75 ਕਿਲੋ ਦਾ। ਕਬੱਡੀ 75 ਕਿਲੋ ਦੇ ਮੈਚ ਨੇ ਨਾ ਜਿਹੜੇ ਹਰ ਇੱਕ ਪਿੰਡ ਦੇ ਵਿੱਚ ਲਿਖਿਆ ਜਾਂਦਾ ਵੀ ਇਹ ਮੈਚ ਨੇ ਜਿਹੜੇ ਜਿੱਦਾਂ ਧਲੇਰ ਪਿੰਡ ਦੇ ਵਿੱਚ ਮੁਕਾਬਲੇ ਕਹਿੰਦੇ 18 ਤੇ 19 ਤਰੀਕ ਨੂੰ ਕਬੱਡੀ ਦੇ ਕਰਵਾਏ ਗਏ, ਹਰ ਇੱਕ ਪਿੰਡ ਵਿੱਚ ਲਿਖਿਆ ਜਾਂਦਾ ਵੀ ਕਬੱਡੀ 75 ਦੇ ਮੈਚ ਜਿਹੜੇ ਪਹਿਲੇ ਦਿਨ ਕਰਵਾਏ ਜਾਣਗੇ, ਪਰ ਕੋਈ ਟੀਮ ਨਹੀਂ ਆਉਂਦੀ। ਇੱਕੋ ਇੱਕ ਪਿੰਡ ਹੈ ਜਿੱਥੇ ਜੱਸੀ ਤੇਰੇ ਯਾਰ ਦਾ ਹੀ ਪਿੰਡ ਹੈ, ਜੋਤ ਦਾ, ਰਾਮਗੜ੍ਹ ਸਰਦਾਰਾਂ ਵਾਲੇ ਦਾ, ਜਿਨ੍ਹਾਂ ਨੇ ਪਿਛਲੇ ਸਾਲ ਇਹ ਗੱਲ ਐਲਾਨ ਕੀਤੀ ਸੀ ਵੀ ਮੈਚ ਨੇ ਨਾ ਜਿਹੜੇ 75 ਦੇ ਉਹ ਪਹਿਲੇ ਦਿਨ ਹੀ ਕਰਵਾਏ ਜਾਣਗੇ। ਜਿੰਨੀਆਂ ਟੀਮਾਂ ਆ ਗਈਆਂ ਓਨੀਆਂ ਕਹਿੰਦੇ ਅਸੀਂ ਖਿਲਾ ਦੇਣੀਆਂ ਨੇ, ਦੂਜੇ ਦਿਨ ਕਹਿੰਦੇ ਕੋਈ ਟੀਮ ਐਂਟਰ ਨਹੀਂ ਕਰਨੀ। ਤੇ ਗੱਲ ਸੱਚੀ ਮੰਨਿਓ ਟੀਮਾਂ ਆਈਆਂ ਉੱਥੇ 3, ਰਾਮਗੜ੍ਹ ਸਰਦਾਰਾਂ ਦੇ ਕਬੱਡੀ ਕੱਪ ਦੀ ਗੱਲ ਹੈ ਇਹ, 3 ਟੀਮਾਂ ਆਈਆਂ ਪਹਿਲੇ ਦਿਨ ਤੇ ਤਿੰਨੇ ਟੀਮਾਂ ਦੇ ਵਿੱਚ ਉਹਨਾਂ ਨੇ ਪ੍ਰਾਈਜ਼ ਜਿਹੜਾ ਵੰਡਤਾ ਤੇ ਦੂਜੇ ਦਿਨ ਉਹ ਟੂਰਨਾਮੈਂਟ ਦੇ ਉੱਤੇ ਕਬੱਡੀ 75 ਕਿਲੋ ਦੀਆਂ ਟੀਮਾਂ ਆਈਆਂ 17, ਉਹਨਾਂ ਨੇ ਇੱਕ ਵੀ ਟੀਮ ਐਂਟਰ ਨਹੀਂ ਕੀਤੀ। ਉਹ ਕਹਿੰਦੇ ਅਸੀਂ ਲਿਖਿਆ ਵੀ ਪਹਿਲੇ ਦਿਨ ਮੈਚ ਕਰਵਾਉਣੇ ਆ 75 ਦੇ ਤਾਂ ਪਹਿਲੇ ਦਿਨ ਹੀ ਕਰਵਾਵਾਂਗੇ। ਇੱਕ ਆਪਣੇ ਕਲੱਬਾਂ ਵਾਲਿਆਂ ਦੀ ਵੀ ਥੋੜ੍ਹੀ ਜਿਹੀ ਗਲਤੀ ਹੈ, ਉਹ ਗਲਤੀ ਇਹ ਹੈ ਧੂੜ ਵਾਲਿਆ ਕਿ ਆਪਾਂ ਲਿਖ ਦਿੰਦੇ ਹਾਂ ਵੀ 75 ਦੇ ਮੈਚ ਪਹਿਲੇ ਦਿਨੇ ਸਾਰੇ ਕਰਵਾਏ ਜਾਣਗੇ, ਪਰ ਆਪਾਂ ਆਪਣੀ ਜਵਾਨ ਤੇ ਵੀ ਨਹੀਂ ਖੜਦੇ, ਆਪਾਂ ਮੈਚ ਪਹਿਲੇ ਦਿਨ ਸਾਰੇ ਵੀ ਨਹੀਂ ਕਰਵਾਉਂਦੇ, ਕਿਉਂਕਿ ਆ ਕੋਈ ਹਰਿਆਣੇ ਤੋਂ ਆਇਆ, ਕੋਈ ਕਿਤੋਂ ਆਇਆ, ਦੋ ਦਿਨ ਇਹਨਾਂ ਨੂੰ ਵੀ ਆਉਣਾ ਜਾਣਾ ਔਖਾ ਲੱਗਦਾ ਤੇ ਖਰਚਾ ਵੇਖ ਲਓ ਕਹਿੰਦੇ ਦੁੱਗਣਾ ਤਿੱਗਣਾ ਹੋ ਜਾਂਦਾ। ਇਹਦਾ ਵੀ ਕੋਈ ਰੂਲ ਬਣਨਾ ਚਾਹੀਦਾ ਵੀ ਜਿੱਦਣ ਮੈਚ ਲਿਖਤੇ ਕਬੱਡੀ 70 ਦੇ ਜਾਂ 75 ਦੇ ਵੀ ਅੱਜ ਫਾਈਨਲ ਕਰਵਾਵਾਂਗੇ, ਉਸੇ ਦਿਨ ਹੀ ਜਿਹੜੇ ਕਰਵਾਉਣੇ ਚਾਹੀਦੇ ਹੈ। ਰਾਮਗੜ੍ਹ 17 ਵਾਲਿਆਂ ਨੇ ਸਵਾਦ ਲਿਆ ਤਾ, ਦੂਜੇ ਦਿਨ ਮੇਰੇ ਵੀਰੋ 17 ਟੀਮਾਂ ਪੁੱਜੀਆਂ ਤੇ ਕੋਈ ਵੀ ਟੀਮ ਐਂਟਰ ਨਹੀਂ ਕੀਤੀ ਉਹਨਾਂ ਨੇ। 8:30 ਵੱਜ ਗਏ, 75 ਦਾ ਪਹਿਲਾ ਸੈਮੀ ਮੈਚ ਸ਼ੁਰੂ ਹੋਣ ਲੱਗਿਆ। ਓਪਨ ਦਾ ਕਦੋਂ ਕੋਈ ਸ਼ੁਰੂ ਹੋਊਗਾ ਇਹ ਤੁਸੀਂ ਆਪ ਹੀ ਜਿਹੜਾ ਹਿਸਾਬ ਲਾ ਲੈਣਾ ਹੈ। ਜਲਦੀ ਮੈਂ ਦੀ ਸ਼ੁਰੂਆਤ ਜਿਹੜੀ ਕਰਦੀ ਹੈ ਭੁੱਲਣ ਹਰਿਆਣਾ ਵਰਸੀ ਝਨੇਰ। ਹਾਂਜੀ ਗੋਪੀ ਜੀ, ਇਧਰ ਗਰਾਊਂਡ ਦੇ ਵਿੱਚ ਟਾਈਆਂ ਪਾ ਰਹੇ ਨੇ ਸਾਡੇ ਵੀਰ ਓਪਨ ਦੇ ਅਗਲੇ ਰਾਊਂਡ ਦੀਆਂ। ਜੇ ਕਿਸੇ ਵੀਰ ਨੇ ਟਾਈਆਂ ਦੇਖਣੀਆਂ ਨੇ ਤਾਂ ਜਲਦੀ ਨਾਲ ਆ ਜਾਓ, ਗਰਾਊਂਡ ਦੇ ਵਿੱਚ ਟਾਈਆਂ ਪਾਉਣਗੇ ਸਾਡੇ ਪ੍ਰਬੰਧਕ ਓਪਨ ਦੇ ਥਰਡ ਰਾਊਂਡ ਦੀਆਂ। ਇਸ ਤੋਂ ਬਾਅਦ ਰੂੜੇਗੇ ਵਰਸੀ ਜੱਸੋਵਾਲ ਸੂਤਾ 75 ਕਿਲੋ ਦਾ ਦੂਜਾ ਸੈਮੀ ਫਾਈਨਲ, ਇਹ ਵੀ ਦੋਨੋਂ ਟੀਮਾਂ ਆ ਜਾਣ। ਰੂੜੇਗੇ ਵਰਸੀ ਜੱਸੋਵਾਲ ਸੂਤਾ ਇਹ ਵੀ ਟੀਮਾਂ ਜਿਹੜੀਆਂ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ। ਉਧਰ ਜਿੰਨੇ ਵੀ ਮੁਲਾਜ਼ਮ ਵੀਰ ਸੰਦੌੜ ਥਾਣੇ ਤੋਂ ਪੁੱਜੇ ਹੋਏ ਨੇ, ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਜਿੰਨੇ ਵੀ ਵੀਰ ਸੰਦੌੜ ਥਾਣੇ ਤੋਂ ਪੁੱਜੇ ਨੇ ਸਾਰੇ ਵੀਰਾਂ ਦਾ ਧੰਨਵਾਦ ਹੈ। ਪਹਿਲੇ 1.5 ਪੁਆਇੰਟ ਤੇ ਧਰਮ ਸਿੰਘ ਜੀ ਬੋਪਾ ਰਾਏ, ਜੈਪ ਕਰਮਿੰਦਰ ਸਿੰਘ ਜੀ ਜੈਪਰ, ਨਾਲ ਹੀ ਦਵਿੰਦਰ ਸਿੰਘ ਜੀ ਮਲੇਸ਼ੀਆ ਵੱਲੋਂ 200 ਰੁਪਈਆ ਦਿੱਤਾ ਜਾਣਾ ਹੈ ਪਹਿਲੇ 1.5 ਪੁਆਇੰਟ ਦੇ ਪਹਿਲੇ ਸੈਮੀਫਾਈਨਲ ਦੇ। ਕਬੱਡੀ ਓਪਨ ਦੀਆਂ ਟਾਈਆਂ ਪੈਣ ਲੱਗੀਆਂ ਨੇ ਅਗਲੇ ਰਾਊਂਡ ਦੀਆਂ। ਲੈ ਵੀ ਬਾਈ ਕਿੰਨੀਆਂ ਟੀਮਾਂ ਰਹਿ ਜਾਣੀਆਂ ਨੇ, ਕੀ ਹਿਸਾਬ ਕਿਤਾਬ ਆਪਾਂ ਸਾਰਿਆਂ ਨਾਲ ਗੱਲ ਸਾਂਝੀ ਕਰ ਲਈਏ। ਹਾਂਜੀ 11 ਟੀਮਾਂ ਨੇ, 6 ਦੇ ਮੈਚ ਹੋਣਗੇ, 5 ਨੂੰ ਬਾਈ ਦਿੱਤੀ ਜਾਣੀ ਹੈ। ਲੈ ਵੀ ਧੂੜ ਵਾਲਿਆਂ ਪਹਿਲਾਂ 5 ਪਰਚੀਆਂ ਜਿਹੜੀਆਂ ਚੱਕਣਗੇ ਉਹਨਾਂ ਨੂੰ ਬਾਈ ਹੈ ਜੀ, ਠੀਕ ਹੈ ਜੀ। ਸਾਰੇ ਪਲੇਅਰ ਵੀ ਇੱਥੇ ਆ, ਜੇ ਕੋਈ ਨਹੀਂ ਆਇਆ ਹੁਣ ਆ ਜੋ, ਨਹੀਂ ਤਾਂ ਦੁਨੀਆ ਦਾ ਸਾਰੀ ਗਵਾਹ ਖੜੀ ਹੈ। ਪਹਿਲੀਆਂ 5 ਪਰਚੀਆਂ ਜਿਹੜੀਆਂ ਚੱਕਾਂਗੇ ਉਹ ਟੀਮਾਂ ਨੂੰ ਜਿਹੜੀ ਬਾਈ ਦਿੱਤੀ ਜਾਊਗੀ ਅਗਲੇ ਰਾਊਂਡ ਦੇ ਵਿੱਚ, ਤੇ ਬਾਕੀ ਜਿਹੜੇ ਮੈਚ ਕਰਵਾਏ ਜਾਣਗੇ। ਅਗਲੇ ਰਾਊਂਡ ਦਾ ਪਹਿਲਾ ਮੈਚ ਹੈ ਕੌਂਕੇ ਵਰਸਜ ਇਮਾਮਗੜ੍ਹ, ਬਾਬਾ ਰੋਡੂ ਸ਼ਾਹ ਕਬੱਡੀ ਕਲੱਬ ਕੌਂਕੇ ਵਰਸਜ ਇਮਾਮਗੜ੍ਹ। ਧੂਰਕੋਟ ਰਣਸੀ ਵਰਸਜ ਧਲੇਰ ਕਲਾਂ,
कोई पक्षपात नहीं, कोई ये ना कहे भी हुण पिंड वाले नूं बाई देणगे, अद्धे ने तां दिमाग च इहो गल चली जांदी होणी है भी हुण बाई देणी, इहनां ने पिंड नूं पक्की बाई देणगे। तीजा किहड़ा बणिया? सेखा वर्ष जे जरगड़ी, इह तीजा मैच बणिया है। कोई इतराज नहीं वीर किसे नूं, सब दे सामने आपां टाइयां पाईआं है। इह लिस्ट इहनां जिहड़ी बणा के मैनूं दे दिओ। उधर तजेंद्र तलेरिया बैठा है, जतेंद्र तलेरिया ट्रैक्टर टोचना दी कहिंदे जिंद जान है भलवान साडा वीर। ते इधर पहला सैमीफाइनल मैच है, कहिंदे कबड्डी 75 किलो दा मेरे वीरो। मंडी वाली साइड जिहड़ी है टीम है धूलण हरियाणा। हेलो, ये पिंड जिले संगरूर का ही पिंड है, बमूनक दे लागे। हाँ जी, जतेंद्र वालों तेरे लिए 100 रुपये का मान सम्मान है। जतेंद्र तलेरिया साढ़े वीर दे कल नूं बटरियाणे पिंड विच कहिंदे मान सम्मान जिहड़े कीते जाणगे। इह साडा भरा ट्रैक्टर टोचना दी कहिंदे जिंद जान है, इसे नगर का माण है। मैं गल कर रहा सी टीम दी, भूलण पिंड कहिंदे जिले संगरूर का ही पिंड है, ते मूनक दे लागे पिंड पैंदा है। वह पिंड लास्ट पिंड है, कहिंदे उस तों अगे हरियाणे दे पिंड जिहड़े शुरू हो जांदे है, तां करके कहिंदे इह पिंड नूं भूलण हरियाणा जिहड़ा कहा जांदा। रिंके दे नां दे नाल कहिंदे जाणा जांदा है गभरू। इस वेले कबड्डी पा रहा मेरे वीरो। आ नौजवान दा कहिंदे कोटड़ा पिंड है, जिथे कहिंदे जीपां दित्तियां गईआं बैस्टेटर जाफी नूं। इह है कहिंदे जगसीर सिंह जी शीरा कोटड़े वाला, शीरा कोटड़े वाला कहिंदे मेजर मिर्ग दा पक्का यार है। लो खेल ग्राउंड विच वेखो कहिंदे लगदा जफा कि जाफियां दे जफ्फे करी जांदे ने कमाल। खुशी लोक ने मनाउंदे पवे जिवें गिद्धे च धमाल, कि एक बार जिहड़ा फड़े फिर मुड़ नहीं उह छड़दा। कबड्डी खेड है पंजाबियों की मां, ताइयों तां वेखो जोर लगता। कबड्डी खेड है पंजाबियों की मां, ताइयों तां वेखो जोर लगता। सेवक सिंह नाम है हमीती पिंड इसे नौजवान का, जिथों के काले का कहिंदे अमेरिका की वैसी ने 10 साल का कहिंदे वीजा दिता काले नो। काले होनी कहिंदे यूएसए में खेलते हमीती वाले भरथे उन्हां दा कहिंदे पिंड है। यह नौजवान मेरे वीरो रकड़ा पॉइंट जिहड़ा अपनी टीम दे से जोड़दा होया। अगली कबड्डी पाउण दे लई ਇਹ ਨੌਜਵਾਨ ਖਿਡਾਰੀ ਕਹਿੰਦੇ ਬਿੱਕੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ। ਲਓ ਬਿੱਕੀ ਨੌਜਵਾਨ ਗੱਭਰੂ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਪੂਰਾ ਤਿਆਰ ਹੈ। ਧਲੇਰ ਕਲਾਂ ਪਿੰਡ ਹੈ, ਲੈ ਵੀ ਧੂੜ ਵਾਲਿਆ। ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਚਰਨਾਂ ਦੀ ਛੋਹ ਪ੍ਰਾਪਤ ਧਰਤੀ ਹੈ ਕਹਿੰਦੇ ਧਲੇਰ ਦੀ ਧਰਤੀ, ਜਿੱਥੋਂ ਦਾ ਖੇਡ ਕਲੱਬ ਹੈ। ਉਸ ਮਹਾਨ ਸੂਰਮੇ ਦੇ ਨਾਂ ਦੇ ਉੱਤੇ ਬਣੀ ਹੋਈ ਕਲੱਬ ਹੈ, ਤੇ ਗਰਾਊਂਡ ਦੇ ਆਲੇ ਦੁਆਲੇ ਕਹਿੰਦੇ ਝਾਤੀ ਮਾਰੀਏ ਉਹ ਯੋਧਿਆਂ ਦੀਆਂ ਕਹਿੰਦੇ ਤਸਵੀਰਾਂ ਜਿਹੜੀਆਂ ਨਜ਼ਰ ਆਉਂਦੀਆਂ ਨੇ। ਇੱਧਰ ਵੇਖੋ ਕਹਿੰਦੇ ਝਨੇਰ ਵਾਲਾ ਇਹ ਨੌਜਵਾਨ ਕਹਿੰਦੇ ਲੱਕੀ ਪਾ ਰਿਹਾ ਕਬੱਡੀ ਮੇਰੇ ਵੀਰੋ। ਉੱਧਰ ਹਰਮੀਤ ਸਿੰਘ ਕਹਿੰਦੇ ਪੂਰਾ ਖੁਸ਼ ਹੈ। ਹਰਮੀਤ ਤੇ ਹਰਵਿੰਦਰ ਹੋਣੀ ਸਾਡੇ ਬਾਈ ਸਿੱਪੀ ਹੋਣੀ ਕਹਿੰਦੇ ਯਾਰਾਂ ਦੇ ਯਾਰ ਪੂਰੇ ਖੁਸ਼ ਹੈ। ਲਓ ਮੈਦਾਨ ਦੇ ਵਿੱਚ ਵੇਖੋ ਇਹ ਹੈ ਕਹਿੰਦੇ ਹਰਿਆਣੇ ਵਾਲਾ ਕਿ ਤਾਊ ਤੀਨ ਪੰਚ ਨਾ ਕਰੀਓ ਗੋਡੇ ਨੀਚੇ ਧਰ ਲਊਂਗਾ, ਤਾਊ ਤੀਨ ਪੰਚ ਨਾ ਕਰੀਓ ਗੋਡੇ ਨੀਚੇ ਧਰ ਲਊਂਗਾ। ਪੂਰੇ ਸਵਾਲ ਵਾਲਾ ਕਹਿੰਦੇ ਜਫਾ ਲਾਇਆ। ਇਸ ਵੇਲੇ ਰਿੰਕਾ ਕਹਿੰਦੇ ਜਫਾ ਲਾ ਕੇ ਨੰਬਰ ਆਪਣੀ ਟੀਮ ਦੇ ਸੇ ਜੋੜਦਾ ਹੋਇਆ। ਤੇ ਗੋਪੀ ਕੇਲੋਂ ਸਾਡਾ ਵੀ ਅਗਲੀ ਗੱਲ ਕਰੋ। ਪਹਿਲੇ ਡੇਢ ਪੁਆਇੰਟ ਜਿਹੜੇ ਵੀਰ ਨੇ ਲਿਆ ਸੀ ਉਹ ਸਾਡੇ ਜੋਧ ਬਾਈ ਕੋਲੋਂ ਜਿਹੜਾ 200 ਰੁਪਈਆ ਲੈ ਲਵੇ। ਕਰਮਿੰਦਰ ਸਿੰਘ ਜੀ ਜੈਪਟਰ, ਨਾਲ ਹੀ ਦਵਿੰਦਰ ਮਲੇਸ਼ੀਆ ਜੀ, ਧਰਮ ਸਿੰਘ ਜੀ ਬੋਪਾਰਾਏ ਵੱਲੋਂ ਜਿਹੜਾ 200 ਰੁਪਈਏ ਦੇ ਮਾਨ ਸਨਮਾਨ ਲਈ ਪੁੱਜਦੇ ਹੋਏ ਨੇ। ਜੱਸੋਵਾਲ ਸੂਤਾ ਤੇ ਰੂੜੇ ਕੇ, ਜੱਸੋਵਾਲ ਸੂਤਾ ਤੇ ਰੂੜੇ ਕੇ ਦੂਜਾ ਸੈਮੀਫਾਈਨਲ 75 ਕਿਲੋ ਦਾ, ਦੋਨੋਂ ਟੀਮਾਂ ਜਲਦੀ ਆ ਜਾਣ। ਹਾਂਜੀ, ਥਰਡ ਰਾਊਂਡ ਦੇ ਵਿੱਚ ਜਿਹੜੇ ਮੈਚ ਬਣੇ ਆ ਉਹ ਮੈਂ ਬੋਲਣ ਲੱਗੇ ਆ। ਪਹਿਲਾ ਮੈਚ ਹੈ ਕੌਂਕੇ ਕਲਾਂ ਵਰਸੇ ਇਮਾਮਗੜ੍ਹ ਦਾ, ਤੇ ਦੂਜਾ ਮੈਚ ਹੈ ਧੂਰਕੋਟ ਰਣਸੀਹ ਵਰਸੇ ਧਲੇਰ ਕਲਾਂ। ਤੀਜਾ ਮੈਚ ਬਣਿਆ ਸੇਖਾ ਵਰਸੇ ਜਰਗੜੀ। ਤੇ ਹੁਣ ਜਿਹੜੀਆਂ ਟੀਮਾਂ ਬਾਈ ਦੇ ਵਿੱਚ ਨੇ ਉਹਨਾਂ ਦਾ ਵੀ ਮੈਂ ਨਾਂ ਲੈਣ ਲੱਗਿਆ। ਕੰਗਣਵਾਲ ਦੀ ਟੀਮ ਬਾਈ ਦੇ ਵਿੱਚ ਹੈ, ਮਕੰਦਪੁਰ ਦੀ ਟੀਮ ਵੀ, ਲੋਹਗੜ੍ਹ ਦੀ ਟੀਮ, ਕੋਟ ਫਤਾ ਤੇ ਸੀਹਾਂ ਦੌਲ, ਇਹ ਟੀਮਾਂ ਜਿਹੜੀਆਂ ਇਹਨਾਂ ਨੂੰ ਬਾਈ ਦਿੱਤੀ ਗਈ ਹੈ। ਫਿਰ ਅੱਗੇ ਧੂੜ ਵਾਲਿਆ 8 ਟੀਮਾਂ ਰਹਿ ਜਾਣਗੀਆਂ, ਕੁਆਟਰ ਬਣਨਗੇ, ਉਹ ਤੋਂ ਬਾਅਦ ਸੈਮੀ ਤੇ ਫਿਰ ਫਾਈਨਲ ਦੀ ਗੱਲ ਹੋਵੇਗੀ। ਲਓ ਗਰਾਊਂਡ ਵਿੱਚ ਆਪਾਂ ਵੇਖੀਏ ਕਬੱਡੀ ਪਾਉਣ ਦੇ ਲਈ। ਕਹਿੰਦੇ ਬਿੱਕੀ ਭੂਲਣ ਵਾਲਾ ਮੈਦਾਨ ਦੇ ਵਿੱਚ ਵਧਿਆ ਹੋਇਆ, ਪ੍ਰਦੀਪ ਵਰਗੇ ਤੇ ਸ਼ੀਰੇ ਵਰਗੇ। ਲਓ ਸ਼ੀਰੇ ਦੇ ਨਾਲ ਕਹਿੰਦੇ ਮੁਕਾਬਲਾ ਹੁੰਦਾ ਹੋਇਆ, ਤੇ ਉਹ ਜਾਂਦਾ ਕਹਿੰਦੇ ਬਿੱਕੀ ਭੂਲਣ ਵਾਲਾ। ਬਿੱਕੀ ਭੂਲਣ ਵਾਲਾ ਕਹਿੰਦੇ ਇਸ ਵੇਲੇ ਪੁਆਇੰਟ ਲੈ ਕੇ ਜਾਂਦਾ ਹੋਇਆ। ਗੁਰਸੇਵਕ ਸਿੰਘ ਹਮੀਤੀ ਵਾਲਾ ਇਸ ਵੇਲੇ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਪੂਰਾ ਤਿਆਰ ਹੈ। ਸ਼ਾਮਾਂ ਢਲ ਚੁੱਕੀਆਂ ਨੇ ਤੇ ਦੁਧੀਆ ਰੰਗ ਦੀ ਰੋਸ਼ਨੀ ਵਿੱਚ ਕਹਿੰਦੇ ਮੈਚ ਜਿਹੜੇ ਮੇਰੇ ਵੱਲੋਂ ਖੇਡੇ ਜਾ ਰਹੇ ਨੇ। www.kabaddi365.com ਪੂਰੀ ਦੁਨੀਆ ਦੇ ਵਿੱਚ ਕਹਿੰਦੇ ਲਾਈਵ ਕਰਦੀ ਹੈ ਅੱਜ ਤੱਕ ਕਬੱਡੀ ਕੱਪ।
पूरी दुनिया जुड़ी बैठी है कहिंदे दलेर दे सिंह कबड्डी कप दे नाल लो मैदान दे विच वेखो इह ऐ नौजवान कहिंदे करमी भूलण वाला है करमी भूलण वाला कहिंदे ट्राई करदा ते सेवक सिंह कहिंदे हमीदी वाला इस वेले पॉइंट लैके जांदा होया गुरसेवक हमीदी वाला कहिंदे इस वेले पॉइंट लैके मैदान दे विच वाधा होया सुखवंत कनेडा जिस वीर दा विशेष तौर ते धन्नवाद है क्योंकि बाई उन्हां दा कनेडा विच बैठिआं दा कहिंदे वड्डा जोर लग्गिआ सी इसे कप नूं सफल बनाउण दे लई अज तीन चार टीमां जिहड़ियां कहिंदे बाई ने स्पोंसर कीतीआं बाई तर वेखो कहिंदे मेजर मिरक दे तौर ते कहिंदे जाणिआ जांदा झनेर वाले लक्की दे नाल इस नौजवान की कहिंदे पक्की जा रही है मेजर मिरक दी कीती उह ट्राई ते नंबर वेखो कहिंदे धावी अपनी टीम दे हिस्से जोड़दा होइआ हां जी इधर साडे वीर सोमा खान जी तखर साडे लागे पिंड तों पुज्जे ने विशेष तौर धन्नवाद है कौमी जनरल सकत्तर ने यूथ अकाली दल बादल दे सोमा खान जी विशेष तौर धन्नवाद है हां जी उधर सोमा खान जी दा धन्नवाद उधर कहिंदे पहलवान तलेरिया बैठा है ट्रैक्टर ट्रोजना विच झंडी है कहिंदे जट दे पुत दी जिथे भी जांदा कहिंदे जित के आंदा है माण है कहिंदे इसे पिंड दा मेरे वीरो खेतर भावें कहिंदे कोई भी होवे ना बनाउणा कहिंदे लवी धूड़ वालिया टीमां रेडी ने अगलियां टेंशन ना लै ग्राउंड जी आपां खाली होण दिंदे इस तों अगले मैच दीआं टीमां उह वी दोनों टीमां वालिया ग्राउंड दे नेड़े ने दूजा सैमीफाइनल मैच इस तों बाद विच जिहड़ा खेडिआ जावेगा बटरियाणे पिंड विच कल नूं कहिंदे मान सम्मान कीता जाणा लवी चीमे वाले है वड्डी वधाई है दुनिया भूरियां लपेटी खड़ी है भलवान नूं ठंड ना लग जावे किते कोले बैठा है अधियां बाहां दा कहिंदे कुर्ता पजामा पाई बैठा है पर खुराक खाधी है कहिंदे जट दे पुत ने पर इधर खेड मैदान विच वेखो कहिंदे नौजवान सेवक हमीदी वाला है करमी भूलण वाला है या फिर आ नौजवान वेखो कहिंदे हेयर स्टाइल देखो इसे नौजवान दा एक पासे कहिंदे सेवक हमीदी दा एक पासे जिला बरनाले ते दूजे पासे जिला संगरूर है कहिंदे भूलण वाले दा ते नंबर धावी कहिंदे अपनी टीम दे हिस्से जोड़दा होया नंबर इस वेले इह नौजवान धावी कहिंदे अपनी टीम दे हिस्से जोड़दा होया अगली कबड्डी पाउण दे लई इह नौजवान फिर कहिंदे रीका खेड मैदान दे विच जांदा होया कबड्डी 75 किलो दा पहला सैमी मैच है कबड्डी 75 दियां वी कहिंदे पूरियां चोटी दियां टीमां पुज्जियां है ते कबड्डी ओपन दियां वी कहिंदे पूरियां सिरे दियां टीमां जिहड़ियां पुज्जियां ने ते कप दे उत्ते लो मैदान विच वेखो कहिंदे रिंके दी पैंदी हुई कबड्डी ते शीरा कोटड़े वाला शीरा कोटड़े वाला जिते जफा ला गया कहिंदे ताड़ियां मार दो जोरदार मुंडे लई पूरे स्वाद वाला कहिंदे जफा लाया पूरे स्वाद वाला जफा इस वेले लाउंदा शीरा कोटड़े वाला वाह वे गबरू है शीरा कोटड़े वाला इस वेले कहिंदे जफा ला के कदे समाऊ दी टीम लई ਇਹ ਨੌਜਵਾਨ ਕਹਿੰਦੇ ਸਮਾਊ ਪਿੰਡ ਦੀ ਟੀਮ ਲਈ ਵੀ ਤਕੜੇ ਜਫੇ ਲਾਉਂਦਾ ਲੱਕੀ ਝਨੇਰ ਪਿੰਡ ਵਾਲਾ ਇਸ ਵੇਲੇ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਕਿ ਵਧੀਆ ਕਰ ਤੂੰ ਅੱਗੇ ਨੂੰ ਨਾ ਪੈਰ ਪਿਛਾਂ ਨੂੰ ਧਰਿਆ ਕਰ ਨਾ ਖੇਡ ਕਿਸੇ ਦੇਖ ਕੇ ਮਿੱਤਰ ਅੰਦਰੋਂ ਅੰਦਰ ਹੀ ਸੜਿਆ ਕਰ ਇਹ ਢਾਈ ਦਿਨ ਦੀ ਜ਼ਿੰਦਗਾਨੀ ਨਾ ਬਹੁਤਾ ਮਾਣ ਤੂੰ ਕਰਿਆ ਕਰ ਕਿ ਬਣਨਾ ਜੇ ਹਰਜੀਤ ਤਾਂ ਤੂੰ ਵੀ ਮਿਹਨਤ ਕਰਿਆ ਕਰ ਕਿ ਬਣਨਾ ਜੇ ਹਰਜੀਤ ਤਾਂ ਤੂੰ ਵੀ ਮਿਹਨਤ ਕਰਿਆ ਕਰ ਮਿਹਨਤ ਮੁਸ਼ਕਤ ਕਹਿੰਦੇ ਰੰਗ ਲੈ ਕੇ ਆਉਂਦੀ ਹੈ ਨਾ ਖੇਡ ਗਰਾਊਂਡਾਂ ਦੇ ਵਿੱਚ ਲਓ ਇਧਰ ਅਗਲੀ ਕਬੱਡੀ ਪਾਉਣ ਦੇ ਲਈ ਇਹ ਨੌਜਵਾਨ ਕਹਿੰਦੇ ਵਿੱਕੀ ਫਿਰ ਮੈਦਾਨ ਦੇ ਵਿੱਚ ਜਾਂਦਾ ਹੋਇਆ ਮੇਜਰ ਮਿਰਗ ਪਰ ਡਬਲ ਟੱਚ ਹੈ ਗੁੱਡ ਜੱਜਮੈਂਟ ਹੈ ਕਹਿੰਦੇ ਸਾਡੀ ਰੈਫਰੀ ਦੀ ਵੀ ਨੰਬਰ ਰੀਡਰ ਦੇ ਹਿੱਸੇ ਜੁੜਾ ਜੁੜਿਆ ਹੈ ਹਾਂਜੀ ਗੋਪੀ ਜੀ ਬੱਲੀ ਵੀਰ ਨੂੰ ਬੇਨਤੀ ਹੈ ਐਂਟਰੀ ਵਾਲੇ ਸਟੇਜ ਦਾ ਵੀ ਸੰਪਰਕ ਬਣਾ ਲਵੇ ਬੱਲੀ ਵੀਰ ਨੂੰ ਬੇਨਤੀ ਹੈ ਐਂਟਰੀ ਵਾਲੀ ਸਟੇਜ ਤੇ ਆ ਜਾਵੇ ਜੀ ਹਾਂਜੀ ਬਹੁਤ ਸ਼ਾਨਦਾਰ ਮੁਕਾਬਲੇ ਜਿਹੜੇ ਖੇਡੇ ਜਾ ਰਹੇ ਨੇ ਲੈ ਵੀ ਕੇਲੋਂ ਵਾਲਿਆ ਅਗਲਾ ਦੂਜਾ ਸੈਮੀ ਅਤੇ ਤੂੰ ਵੀ ਤਿਆਰੀ ਖਿੱਚ ਲੈ ਨੌਜਵਾਨਾਂ ਉਸੇ ਮੈਚ ਦੀ ਅਗਲੇ ਮੈਚ ਦੇ ਜਿਹੜੇ ਬੋਲ ਤੂੰ ਸਾਂਝੇ ਕਰਨੇ ਆ ਲਓ ਖੇਡ ਗਰਾਊਂਡ ਵਿੱਚ ਵੇਖੋ ਇਹ ਨੌਜਵਾਨ ਕਹਿੰਦੇ ਲੱਕੀ ਝਨੇਰ ਵਾਲਾ ਪ੍ਰੇਮ ਯਾਰਾਂ ਦਾ ਯਾਰ ਹੈ ਕਹਿੰਦੇ ਜ਼ਿੰਦਗੀ ਦੇ ਬੜੇ ਤਜਰਬੇ ਨੇ ਪ੍ਰੇਮ ਨੂੰ ਲਓ ਇਧਰ ਮੈਦਾਨ ਦੇ ਵਿੱਚ ਵੇਖੋ ਜ਼ੋਰਦਾਰ ਤਾੜੀ ਮਾਰਦੇ ਸੇ ਨੌਜਵਾਨ ਦੇ ਲਈ ਵਾਹ ਓਏ ਕਬਰੂਆ ਸਵਾਦ ਵਾਲਾ ਕਹਿੰਦੇ ਜਫਾ ਲਾਇਆ ਪਹਿਲਾ ਸੈਮੀ ਮੈਚ ਹੈ ਤੇ ਪੂਰੀ ਕਹਿੰਦੇ ਸਿਰੇ ਦੀ ਟੱਕਰ ਇਸ ਮੈਚ ਦੇ ਵਿੱਚ ਮੇਰੇ ਵੀਰ ਨੂੰ ਤੱਕਣ ਨੂੰ ਜਿਹੜੀ ਮਿਲ ਰਹੀ ਹੈ ਜੱਸੀ ਸਾਡਾ ਯਾਰ ਪੂਰਾ ਖੁਸ਼ ਹੈ ਲੈ ਵੀ ਜੱਸੀ ਕਿੰਨੀਆਂ ਕਿੰਨੀਆਂ ਰੇਟਾਂ ਇਸੇ ਮੈਚ ਦੀਆਂ ਬੜਾ ਟਾਈਮ ਹੋ ਗਿਆ ਚੱਲਦੇ ਨੂੰ ਭਰਾਵਾ ਓਕੇ ਅਜੇ ਵੀ ਕਹਿੰਦਾ ਤਿੰਨ ਤਿੰਨ ਚਾਰ ਚਾਰ ਬਾਕੀ ਹੈ ਪੂਰਾ ਸਵਾਦ ਹੈ ਕਹਿੰਦੇ ਸਾਡੇ ਵੀਰ ਕਹਿੰਦੇ ਮੇਰੇ ਵੀਰੋ ਜਿਹਦੇ ਪੱਟਾਂ ਦੇ ਵਿੱਚ ਕਹਿੰਦੇ ਜ਼ੋਰ ਹੋਊ ਉਹ ਕਹਿੰਦੇ ਅੱਜ ਜਿੱਤ ਕੇ ਲੈ ਕੇ ਜਾਊਗਾ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਜਦੋਂ ਪਹਿਲੇ ਸਾਲ ਮੈਂ ਇੱਥੇ ਪੁੱਜਿਆ ਤੇ ਟੋਨੀ ਮਹੋਲੀ ਵਾਲਾ ਬੈਸ ਰੇਟ ਰਿਹਾ ਸੀ ਕਹਿੰਦੇ ਇਸੇ ਕੱਪ ਦਾ ਟੋਨੀ ਮਹੋਲੀ ਵਾਲੇ ਨੇ ਮੋਟਰਸਾਈਕਲ ਜਿੱਤਾ ਸੀ ਤੇ ਨਾਲ ਦਰਸ਼ਨ ਦਿੜਬੇ ਵਾਲਾ ਕਹਿੰਦੇ ਬੈਸਟ ਜਾਫੀ ਸੀ ਇਸੇ ਕੱਪ ਦਾ ਦੂਜੇ ਸਾਲ ਦੀ ਗੱਲ ਚੱਲੀ ਗੁਰੀ ਧਲੇਰ ਵਾਲਾ
ਤੇ ਨਾਲ ਕਹਿੰਦੇ ਮਨਜੋਤ ਮਾਛੀਵਾੜਾ ਸਾਹਿਬ ਦਾ ਕਹਿੰਦੇ ਸਾਂਝੇ ਤੌਰ ਤੇ ਜਿਹੜੇ ਬੈਸਟ ਰੇਡਰ ਕਹਿੰਦੇ ਚੁਣੇ ਗਏ ਸੀ ਕੱਪ ਦੇ ਤੇ ਧਿਆਨਾ ਦੜਬੇ ਵਾਲਾ ਲਵੀ ਧੂੜ ਵਾਲਾ ਮੇਰਾ ਖਿਆਲ ਇੱਕੋ ਜੱਫਾ ਸੀ ਨਾ ਧਿਆਨੇ ਦਾ ਇੱਕ ਟੱਚ ਏਦਾਂ ਦੀ ਕੋਈ ਚੱਕਰ ਸੀ ਤੇ ਧਿਆਨਾ ਬੈਸਟ ਜਾਫੀ ਸੀ ਤੇ ਅੱਜ ਤੀਜੇ ਸਾਲ ਦੀ ਕਹਿੰਦੇ ਗੱਲ ਹੋਣੀ ਹੈ ਕਿਹੜਾ ਖਿਡਾਰੀ ਬੈਸਟ ਰੇਡਰ ਤੇ ਕੌਣ ਕਹਿੰਦੇ ਬੈਸਟ ਜਾਫੀ ਬਣੇਗਾ ਅੱਜ ਦੇ ਕੱਪ ਦਾ ਹੈਲੋ ਤਾਜਪੁਰ ਲਵੀ ਧੂੜ ਵਾਲੇ ਆ ਜਿਨ੍ਹਾਂ ਨੇ ਵੀ ਇਹ ਗੱਲ ਕੀਤੀ ਹੈ ਨਾ ਬੜੀ ਮਾੜੀ ਗੱਲ ਕੀਤੀ ਹੈ ਤਾਜਪੁਰ ਦੀ ਟੀਮ ਦੇ ਨੌਜਵਾਨ ਮੇਰੇ ਕੋਲ ਆਏ ਉਹ ਇੱਧਰ ਮੈਚ ਖੇਡਣ ਆਏ ਹੋਏ ਸੀ ਤੇ ਕੋਈ ਉਹਨਾਂ ਦੀ ਗੱਡੀ ਦੇ ਸ਼ੀਸ਼ੇ ਭੰਨ ਕੇ ਸਾਰੀ ਟੀਮ ਦੇ ਫੋਨ ਲੈ ਗਿਆ ਤੇ ਨਾਲ 8-10 ਹਜ਼ਾਰ ਰੁਪਇਆ ਕਹਿੰਦਾ ਰੁਪਇਆ ਸੀ ਸਾਰਿਆਂ ਕੋਲੇ ਸਾਂਝਾ ਕੋਈ ਸ਼ੀਸ਼ੇ ਭੰਨ ਕੇ ਕਹਿੰਦਾ ਨਾਲੇ ਪੈਸੇ ਲੈ ਗਿਆ ਤੇ ਨਾਲੇ ਕਹਿੰਦਾ ਮੋਬਾਈਲ ਲੈ ਗਿਆ ਕਿਹੜਾ ਲੈ ਕੇ ਗਿਆ ਇਹ ਤੇ ਨਾ ਆਪਾਂ ਨੂੰ ਪਤਾ ਲੱਗਣਾ ਤੇ ਨਾ ਕਿਸੇ ਨੇ ਹੁਣ ਮੋੜਨੇ ਹੈ ਪਰ ਬੇਨਤੀ ਆ ਵੀ ਹੁਣ ਥੋੜੇ ਜਿਹੇ ਚਕੰਨੇ ਹੋ ਜਾਓ ਜਿਨ੍ਹਾਂ ਨੇ ਹੁਣ ਅਗਲੇ ਮੈਚ ਖੇਡਣ ਆਉਣਾ ਨਾ ਉਹ ਜ਼ਰੂਰ ਆਪਣਾ ਇੱਕ ਇੱਕ ਬੰਦਾ ਗੱਡੀ ਦੇ ਕੋਲੇ ਕੋਈ ਸਪੇਅਰ ਜਿਹੜਾ ਪਲੇਅਰ ਆਉਂਦਾ ਉਹਨੂੰ ਜ਼ਰੂਰ ਛੱਡ ਕੇ ਆਇਓ ਕੋਈ ਸ਼ੀਸ਼ੇ ਸਕੋਰ ਭਰਾਵਾ ਮੈਂ ਤਾਂ ਕਮੈਂਟਰੀ ਕਰੂੰਗਾ ਕਿ ਸਕੋਰ ਲਿਖੂੰਗਾ ਉੱਧਰ ਲਿਖਦਾ ਬੰਦਾ ਉਹਨੂੰ ਪੁੱਛ ਲਾ ਸ਼ੀਸ਼ੇ ਤੋੜ ਕੇ ਮੋਬਾਈਲ ਲੈ ਗਿਆ ਆਈਫੋਨ ਸੀ ਤਿੰਨ ਜਣਿਆਂ ਦੇ ਕੋਲ ਆਈਫੋਨ ਦਾ ਆਪ ਹਿਸਾਬ ਲਾ ਲਓ ਤੁਸੀਂ ਕਿੰਨੇ ਦਾ ਆਉਣਾ ਤੇ ਨਾਲ ਸਾਡੇ ਵੀਰ ਕਹਿੰਦੇ 7.5 ਹਜ਼ਾਰ ਰੁਪਇਆ ਸੀ ਬੇਨਤੀ ਹੈ ਸਾਡੀ ਵੀ ਏਦਾਂ ਦੇ ਕਿਸੇ ਵੀ ਵੀਰ ਨੂੰ ਕੋਈ ਵੀ ਏਦਾਂ ਮਿਲਦਾ ਕੋਈ ਪਲੇਅਰ ਏਦਾਂ ਕਰਦਾ ਕੋਈ ਸੋਰੀ ਕੋਈ ਪਲੇਅਰਾਂ ਨੂੰ ਏਦਾਂ ਕਰਦਾ ਕੋਈ ਬੰਦਾ ਦਿਖਾਈ ਦਿੰਦਾ ਤਾਂ ਜ਼ਰੂਰ ਦੱਸਿਆ ਕਰੋ ਲੈ ਵੀ ਜੱਸੀ ਇਹ ਤੇ ਗੱਲ ਕਹਿੰਦੇ ਹੋਰ ਹੀ ਹੋ ਗਈ ਇੱਕ ਸਾਡੀ ਬੇਨਤੀ ਹੈ ਜਿਨ੍ਹਾਂ ਨੂੰ ਇਹ ਮੈਂ ਤਾਂ ਸਵਾਲ ਆਇਆ ਨਾ ਉਹ ਪਹਿਲਾਂ ਤਾੜੀ ਮਾਰ ਦਿਓ ਜ਼ਰੂਰ ਦੂਜੀ ਬੇਨਤੀ ਲੈ ਵੀ ਜੱਸੀ ਝਨੇਰ ਪਿੰਡ ਗਵਾਂਢੀ ਪਿੰਡ ਹੈ ਮੈਂ ਸੱਚੀ ਗੱਲ ਕਹਿੰਦਾ ਮੈਂ ਉੱਥੋਂ ਗਰਾਊਂਡ ਵੱਲੋਂ ਆ ਰਿਹਾ ਸੀ ਗੋਪੀ ਨੇ ਮੈਚ ਬੋਲਿਆ ਵੀ ਝਨੇਰ ਤੇ ਭੁੱਲਣ ਦਾ ਪਹਿਲਾ ਸੈਮੀ ਆ ਪਤਾ ਨਹੀਂ ਕੌਣ ਸੀ ਮੈਂ ਜਾਣਦਾ ਨਹੀਂ ਇੱਕ ਜਣੇ ਨੇ ਦਿਲਬਰਾ ਉੱਚੀ ਜਣੇ ਪਤਾ ਕੀ ਕਿਹਾ ਕਿਉਂਕਿ ਗੱਲ ਸੱਚੀ ਕਹਾਂਗੇ ਕਹਿੰਦਾ ਝਨੇਰ ਨੇ ਛਡਾ ਲਿਆ ਹੋਣਾ ਮੈਚ ਕਿਸੇ ਦਰਸ਼ਕ ਦਾ ਕਹਿਣਾ ਸੀ ਉੱਥੋਂ ਮੇਰੇ ਕੰਨਾਂ 'ਚ ਆਵਾਜ਼ ਪਈ ਤੇ ਰਿਜ਼ਲਟ ਜਿਹੜਾ ਹੁਣ ਨਿਕਲਿਆ ਝਨੇਰ ਦੀ ਟੀਮ ਦੇ ਨੰਬਰ ਨੇ 11 ਭੁੱਲਣ ਦੀ ਟੀਮ ਦੇ ਨੰਬਰ ਨੇ 12.5 ਜ਼ੋਰਦਾਰ ਤਾੜੀ ਮਾਰ ਦਿਓ ਸਵਾਦ ਹੈ ਮੈਚ ਦਾ ਕੌਡੀ ਵਾਲੇ ਯਾਰ ਇੰਨੇ ਵੀ ਮਾੜੇ ਨਹੀਂ ਹੁੰਦੇ ਜਿੰਨਾ ਤੁਸੀਂ ਬਦਨਾਮ ਕਰਦੇ ਹੋ ਇੰਨੇ ਵੀ ਨਾ ਕਰਿਆ ਕਰੋ ਕਿਉਂਕਿ ਗੱਲ ਸੱਚੀ ਕਹਿਣੀ ਪੈਂਦੀ ਹੈ ਇਹ ਮੁਕਾਬਲਾ ਜਿਹੜਾ ਦੂਜਾ ਸੈਮੀ ਸ਼ੁਰੂ ਹੋਣ ਲੱਗਾ ਤੇ ਕੇਲੋਂ ਵਾਲੇ ਆ ਆ ਕੇ ਸਾਂਝ ਪਾਈ ਇਸੇ ਮੈਚ ਦੀ ਹੈਲੋ ਦੂਜਾ ਸੈਮੀ ਫਾਈਨਲ ਮੈਚ ਜਿਹੜਾ ਗਰਾਊਂਡ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਜਸਵਾਲ ਸੂਦਾ ਤੇ ਰੂੜੇਂਗੇ ਦਾ ਜਿਹੜਾ ਦੂਜਾ ਸੈਮੀ ਫਾਈਨਲ ਸ਼ੁਰੂ ਹੋਣ ਜਾ ਰਿਹਾ ਹੈ ਹੈਲੋ ਲੈ ਵੀ ਕੇਲੋਂ ਵਾਲਿਆ ਦੱਸ ਕਿਰਾਂ ਵੀ ਇਹ ਮੈਚ ਜਿਹੜਾ ਕਿਹੜੀਆਂ ਕਿਹੜੀਆਂ ਟੀਮਾਂ ਦਾ ਤੇ ਗੱਲ ਕਰ ਇਸੇ ਮੈਚ ਦੀ ਜੱਸੋਵਾਲ ਸੂਤਾਂ ਵਰਸੋਈ ਗੋਪੀ ਜੀ ਜੱਸੋਵਾਲ ਸੂਤਾਂ ਵਰਸੋਈ ਸਾਰੀ ਪਾਵਰ ਤੇਰੇ ਕੋਲੇ ਹੈ ਮਾਈਕ ਤੇਰੇ ਹੱਥ ਵਿੱਚ ਹੈ ਤੇ ਹੌਲੀ ਹੌਲੀ ਬੋਲੀ ਜਾਂਦਾ ਰੂੜੇ ਕੇ ਗੋਪੀ ਕੇਲੋਂ ਵਾਲਾ ਸਾਂਝ ਪਾਊ ਸਾਡਾ ਵੀ ਇਸੇ ਮੈਚ ਦੀ ਹੈਲੋ ਇੱਧਰ ਪਹਿਲੇ 1.5 ਪੁਆਇੰਟ ਦੇ ਜਿਹੜਾ 100 ਰੁਪਈਆ ਦਿੱਤਾ ਜਾਣਾ ਹੈ ਕੁਲਵੰਤ ਕੌਰ ਜੀ ਜੋ ਕਿ ਬਲਾਕ ਸਮਿਤੀ ਦੇ ਮੈਂਬਰ ਨੇ ਉਹਨਾਂ ਵੱਲੋਂ 100 ਰੁਪਈਆ ਦਿੱਤਾ ਜਾਣਾ ਹੈ ਇੱਧਰ ਮੈਚ ਮੇਰੇ ਪੰਜਾਬੀ ਵੀਰ ਜਿਹੜਾ ਸ਼ੁਰੂ ਹੋ ਚੁੱਕਿਆ ਹੈ
पहली कबड्डी कहते नौजवान मनदीप सिंह इस वेले ताकि अपनी टीम के हिस्से में एक पॉइंट का वादा कर रहा है रूड़े की टीम के लिए। उधर सामने अगली कबड्डी कहते बिल्ला बारे है और सामने रूड़े के वाला कहते कौन जाफी ट्राई करेगा। इधर पॉइंट जरा मनी धूर दस रहा है कि पॉइंट जरा रेडर के हिस्से जुड़ता हुआ कि रेडर के लिए भा जरूरी जाफी के हथ पके जाफी उही मनी का जरा उड़ती रेड न डे अज के नौजवान मेरे भीर उड़दी रेडा डेगा खन्ने वाले। इधर नौजवान अगली कबड्डी पाने लिए कहते रूड़े के पिंड है अगली कबड्डी पाने लिए वध्या होया हुण सामने जसोल सूता पिंड है चार जाफी ने केड़े जाफी ने ट्राई करनी है ते समय दे मंगल होने ने। उधर कहते नौजवान इस वेले पूरी जोरदार ट्राई करता होया पॉइंट जिहड़ा रेडर दे हिस्से जुड़दा होया चल भी बिल्लिया फिर पा कबड्डी के खेड दे मैदान विच खिचती लकीर अज पता लगू की ताकड़ा शरीर। उधर मेरे वीरे इस वेले कहते नौजवान मेरे वीरे पूरी जोरदार ट्राई करता होया जफल उड़नी सामने एक पासे कहते नौजवान झंडा वाला ट्राई कर रहा है मेरे वीरे सामने मैदान भरिया होया कलावा पॉइंट जिहड़ा जाफी ने अपनी टीम दे हिस्से जोड़ दिता चल भी मनदीप सिंह फिर पा अगली कबड्डी। उधर मनदीप की अगली पैंदी कबड्डी से नौजवान चार जाफी ने मेरे वीरे छेड़िया मावां दे बब्बर शेर पुत के पिंडे लिशकण मुंडिया दे जवानी उड़ जू कर दी जाफ जिवें झपट है चीते दी रेड़ वांग हिरन उड़ारी भर दी फैसले होण करोड़ा दे करोड़ा नाल ट्रैक्टर मिलदे खेड के कौडी कालिया होए इत्थे अरमान हुंदे ने दिल दे। उधर सामने पैंदी हुई कबड्डी दे सामने नौजवान रूड़े के पिंड है कहते रूड़े के पिंड मेरे वीरो इस वेले नौजवानों का उधर इस वेले ला तकड़ा जफा मेरे वीरो नौजवान ने बहजा बहजा करवा दी थी पॉइंट जिहड़ा नौजवान इससे जुड़ता हुआ चल भी जवाना। इधर दूजा सैमीफाइनल मैच है मेरे वीर मैदान कहते पूरा जोरदार खेलिया जा रहा है कलवंत कौर जी जो कि ब्लाक समिति मैंबर ने पहले डेढ़ नंबर का जरा 100 रुपया पुजता हुआ है। उधर सामने कहते नौजवान की पैंती हुई कबड्डी है चार जाफी ने छीणिया मावां ने बब्बर शेर पुत पर उधर सामने कहते नौजवान हल्की जी ट्राई करता हुआ पॉइंट जिहड़ा नौजवान अपनी टीम दे हिस्से जोड़दा हुआ चल भी बिल्ले फिर पा कबड्डी। इधर कहते बिल्ला अगली कबड्डी मैदान के पाता हो हुण बिल्ले की पैंती हुई कबड्डी से चार जाफिया के झुकया हो कि खुच पटनी से बड़ी अखी लाउणी है कबड्डी में धाक मित्रो अगला मैच बब्बू वीर अनाउंस कर देन दोनों टीम जिहड़ियां ग्राउंड वाल आ रही ने पहले डेढ़ पॉइंट का 100 रुपया लै लैण वीर। उधर हरचंद सिंह जी बागड़ी फरवाही वाले वीर हरचंद सिंह जी बागड़ी कनेडा वाले 365.com के जरिए जुड़े ने विशेष तौर धन्यवाद है। अगली गल बब्बू खन्ने वाल थर्ड राउंड का यह पहला मुकाबला जरा शुरू होने लगा कौके कल की टीम है जी मैं देखता भी ग्राउंड में पहुंच चुकी है तो इमामगढ़ की टीम के खिडारी वो जल्दी के नाल ग्राउंड में पुजन इमामगढ़ की टीम के प्लेयर बुद्ध होनी इमामगढ़ वाले वह भी कहते अपनी टीम लेके पुदे जा रहे हैं ग्राउंड वालों कौंकियां की टीम। हाँ जी कौंकियां दा सलीम।